ਪੰਜਾਬੀ ਐਕਟਰੈਸ ਹੀਨਾ ਖਾਨ ਨੂੰ ਹੈ ਥਰਡ ਸਟੇਜ ਦਾ ਕੈਂਸਰ। ਸੋਸ਼ਲ ਮੀਡੀਆ ਉੱਤੇ ਫੈਨਸ ਦੇ ਨਾਲ ਸਾਂਝਾ ਕੀਤਾ ਇਮੋਸ਼ਨਲ ਪੋਸਟ। ਸਤਿ ਸ਼੍ਰੀ ਅਕਾਲ, ਮੈਂ ਸੋਨੀਆ, ਗੱਲ ਕਰਾਂਗੇ ਅੱਜ ਟੀਵੀ ਜਗਤ ਤੇ ਪੰਜਾਬੀ ਇੰਡਸਟਰੀ ਦੀ ਫੇਮਸ ਅਦਾਕਾਰਾ ਹੀਨਾ ਖਾਨ ਦੇ ਬਾਰੇ, ਜਿਨ੍ਹਾਂ ਨੂੰ ਲੈ ਕੇ ਇੱਕ ਸ਼ੌਕਿੰਗ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਬਹੁਤ ਟਾਈਮ ਤੋਂ ਸੋਸ਼ਲ ਮੀਡੀਆ ਉੱਤੇ ਰਿਊਮਰਸ ਆ ਰਹੇ ਸੀ ਕਿ ਹੀਨਾ ਖਾਨ ਕੈਂਸਰ ਵਰਗੀ ਬਿਮਾਰੀ ਦੇ ਨਾਲ ਜੂਝ ਰਹੀ ਹੈ। ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਥਾਇਰਾਇਡ ਕੈਂਸਰ ਹੈ, ਪਰ ਜਿਸ ਤੋਂ ਬਾਅਦ ਹੁੰਦਾ ਸੀ ਕਿ ਹੀਨਾ ਖਾਨ ਦੇ ਵੱਲੋਂ ਕੈਂਸਰ ਵਰਗੀ ਬਿਮਾਰੀ ਦਾ ਖੁਦ ਹੀ ਖੁਲਾਸਾ ਕਰ ਦਿੱਤਾ ਗਿਆ। ਐਕਟਰੈਸ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਐਕਟਰੈਸ ਨੇ ਦੱਸਿਆ ਕਿ ਉਹਨਾਂ ਨੂੰ ਥਾਇਰਾਇਡ ਕੈਂਸਰ ਨਹੀਂ ਬਲਕਿ ਉਹਨਾਂ ਨੂੰ ਬ੍ਰੈਸਟ ਕੈਂਸਰ ਹੈ ਅਤੇ ਐਕਟਰੈਸ ਥਰਡ ਸਟੇਜ ਦੇ ਉੱਤੇ ਹੈ। ਜਿਸ ਤੋਂ ਬਾਅਦ ਐਕਟਰੈਸ ਨੇ ਇੱਕ ਇਮੋਸ਼ਨਲ ਪੋਸਟ ਜੋ ਆਪਣੇ ਫੈਨਸ ਦੇ ਨਾਮ ਸਾਂਝੀ ਕੀਤੀ ਹੈ। ਹੀਨਾ ਖਾਨ ਨੇ ਪੋਸਟ ਸ਼ੇਅਰ ਕਰ ਲਿਖਿਆ ਕਿ ਉਹਨਾਂ ਦਾ ਇਲਾਜ ਸ਼ੁਰੂ ਹੋ ਚੁੱਕਿਆ, ਠੀਕ ਹੋ ਵੀ ਰਹੇ ਆ ਅਤੇ ਕੁਝ ਸਮਾਂ ਵੀ ਲੱਗੇਗਾ। ਇਸੇ ਵਿੱਚ ਉਹਨਾਂ ਨੇ ਲਿਖਿਆ ਕਿ ਫੈਨਸ ਦੀਆਂ ਦੁਆਵਾਂ ਦੀ ਉਡੀਕ ਕਰਦੀਆਂ, ਇੰਡਸਟਰੀ ਦੇ ਲੋਕਾਂ ਨੇ ਹੀਨਾ ਖਾਨ ਦੇ ਜਲਦ ਠੀਕ ਹੋਣ ਦੀਆਂ ਦੁਆਵਾਂ ਕੀਤੀਆਂ ਨੇ। ਦੱਸਦੇ ਕਿ 36 ਸਾਲ ਦੀ ਹੀਨਾ ਖਾਨ ਨੂੰ ਬ੍ਰੈਸਟ ਕੈਂਸਰ ਹੈ, ਜਿਸ ਤੋਂ ਬਾਅਦ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਫੈਨਸ ਦੇ ਵੱਲੋਂ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਨੇ, ਉਹਨਾਂ ਨੂੰ ਦੁਆਵਾਂ ਦਿੱਤੀਆਂ ਜਾ ਰਹੀਆਂ ਨੇ, ਗੈਟ ਵੈਲ ਸੂਨ ਹੋਣ ਦੀ ਗੱਲ ਕਹੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਇਸ ਚੈਲੇਂਜਿੰਗ ਡਾਇਗਨੋਸਿਸ ਦੇ ਬਾਵਜੂਦ ਵੀ ਹੀਨਾ ਖਾਨ ਜੋ ਆ ਲਗਾਤਾਰ ਕੰਮ ਕਰ ਰਹੀ ਆ। ਹਾਲ ਹੀ ਦੇ ਵਿੱਚ ਕੁਝ ਟਾਈਮ ਪਹਿਲਾਂ ਉਹਨਾਂ ਦੀ ਪੰਜਾਬੀ ਫਿਲਮ ਜੋ ਸੀਗੀ ਗਿੱਪੀ ਗਰੇਵਾਲ ਦੇ ਨਾਲ ਸ਼ਿੰਦਾ ਸ਼ਿੰਦਾ ਨੋਪ ਅਪ ਆਈ ਸੀ, ਜਿਸ ਤੋਂ ਬਾਅਦ ਉਹ ਲਗਾਤਾਰ ਆਪਣੇ ਪ੍ਰੋਫੈਸ਼ਨ ਦੇ ਵਿੱਚ ਵੀ ਐਕਟਿਵ ਹੈ ਅਤੇ ਫੈਨਸ ਦੇ ਵੱਲੋਂ ਅਜਿਹੇ ਰਿਊਮਰਸ ਲਗਾਏ ਜਾ ਰਹੇ ਸੀਗੇ, ਜਿਸ ਤੋਂ ਬਾਅਦ ਇਹ ਰਿਊਮਰਸ ਜੋ ਆ ਕਿਤੇ ਨਾ ਕਿਤੇ ਸੱਚ ਹੋ ਗਏ, ਕਿਉਂਕਿ ਐਕਟਰੈਸ ਦੇ ਵੱਲੋਂ ਖੁਦ ਹੀ ਖੁਲਾਸਾ ਕਰ ਦਿੱਤਾ ਗਿਆ ਕਿ ਉਹ ਕੈਂਸਰ ਦੀ ਥਰਡ ਸਟੇਜ ਦੇ ਉੱਤੇ ਹੈ, ਇਲਾਜ ਚੱਲ ਰਿਹਾ। ਤਾਂ ਫੈਨਸ ਲਗਾਤਾਰ ਇਸ ਪੋਸਟ ਦੇ ਨੀਚੇ ਰਿਐਕਟ ਕਰ ਰਹੇ ਆ, ਆਸ਼ੀਰਵਾਦ ਦੇ ਰਹੇ, ਦੁਆਵਾਂ ਦੇ ਰਹੇ ਆ ਅਤੇ ਕਹਿ ਰਹੇ ਆ ਕਿ ਤਾਕਤ, ਪਿਆਰ ਅਤੇ ਆਸ਼ੀਰਵਾਦ ਸਾਡਾ ਤੁਹਾਡੇ ਨਾਲ ਹੈ ਕਿ ਤੁਸੀਂ ਜਲਦ ਹੀ ਠੀਕ ਹੋ ਜਾਵੋ। ਅਤੇ ਦੱਸ ਦਈਏ ਕਿ ਹੀਨਾ ਖਾਨ ਨੇ ਲਿਖਿਆ ਕਿ ਮੈਂ ਆਪਣੇ ਚੋਣ ਵਾਲੇ ਆ, ਆਪਣੇ ਪਰਿਵਾਰ ਦੇ ਨਾਲ ਫੋਕਸਡ ਅਤੇ ਪੂਰੀ ਪੋਜ਼ਿਟਿਵ ਰਹਾਂਗੀ, ਉੱਪਰ ਵਾਲੇ ਦੀ ਕਿਰਪਾ ਦੇ ਨਾਲ ਸਭ ਕੁਝ ਠੀਕ ਹੋ ਜਾਵੇਗਾ, ਇਸ ਚੈਲੰਜ ਤੋਂ ਉੱਭਰ ਪਾਵਾਂਗੀ, ਚੰਗੇ ਤਰੀਕੇ ਦੇ ਨਾਲ ਠੀਕ ਹੋ ਜਾਵਾਂਗੀ, ਪਲੀਜ਼ ਦੁਆਵਾਂ, ਆਸ਼ੀਰਵਾਦ ਅਤੇ ਪਿਆਰ ਭੇਜੋ। ਦੱਸ ਦਈਏ ਕਿ ਕੁਝ ਦਿਨਾਂ ਤੋਂ ਲਗਾਤਾਰ ਅਜਿਹੇ ਮੈਸੇਜ ਜੋ ਸੀਗੇ ਹੀਨਾ ਖਾਨ ਦੇ ਵੱਲੋਂ ਪੋਸਟ ਕੀਤੇ ਜਾ ਰਹੇ ਸੀਗੇ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਾਫੀ ਅਲੱਗ ਚੀਜ਼ਾਂ ਦੇ ਉੱਤੇ ਗੱਲਬਾਤ ਕੀਤੀ ਜਾ ਰਹੀ ਸੀਗੀ। ਤਾਂ ਲਗਾਤਾਰ ਫੈਨਸ ਦੇ ਵੱਲੋਂ ਇਹਨਾਂ ਪੋਸਟਾਂ ਦੇ ਉੱਤੇ ਹੀ ਕਿਆਸ ਲਗਾਏ ਜਾ ਰਹੇ ਸੀਗੇ ਕਿ ਸ਼ਾਇਦ ਹੀਨਾ ਖਾਨ ਕਿਸੇ ਬਿਮਾਰੀ ਦੇ ਨਾਲ ਜੂਝ ਰਹੀ ਹੈ। ਤਾਂ ਦੱਸ ਦਈਏ ਕਿ ਇੰਡਸਟਰੀ ਦੇ ਵੱਲੋਂ ਵੀ ਇਸ ਪੋਸਟ ਦੇ ਨੀਚੇ ਹੀਨਾ ਖਾਨ ਦੇ ਠੀਕ ਹੋਣ ਦੀ, ਉਹਨਾਂ ਨੂੰ ਮਜ਼ਬੂਤ ਰਹਿਣ ਦੀ ਜੋ ਆ ਗੱਲ ਆਖੀ ਜਾ ਰਹੀ ਹੈ ਕਿ ਜਲਦ ਹੀ ਹੀਨਾ ਖਾਨ ਠੀਕ ਹੋ ਜਾਵੇਗੀ। ਤਾਂ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ, ਫੈਨਸ ਕਾਫੀ ਜ਼ਿਆਦਾ ਹੈਰਾਨ ਵੀ ਹੋ ਗਏ ਆ ਅਤੇ ਹੁਣ ਸਾਰਿਆਂ ਦੇ ਵੱਲੋਂ ਜੋ ਆ ਹੀਨਾ ਖਾਨ ਦੇ ਜਲਦ ਠੀਕ ਹੋਣ ਦੀ ਦੁਆਵਾਂ ਕੀਤੀਆਂ ਜਾ ਰਹੀਆਂ ਨੇ।